ਸਤਿ ਸ਼੍ਰੀ ਅਕਾਲ ਦੋਸਤੋ, ਲਾਓ ਗੋਰੇ ਨੂੰ ਡਕਾ ਕੇ ਬੀਅਰ ਨਾਲ। ਰੰਧਾਵਾ ਹੁਣ ਇਹਨੂੰ ਲਪੇਟਣ ਨੂੰ ਫਿਰਦਾ, ਕਹਿੰਦਾ ਪਿੰਡ ਲੈ ਕੇ ਜਾਊਂ ਪੱਠੇ ਪਵਾਇਆ ਕਰੂੰ। ਰੰਧਾਵੇ ਕੀ ਪਲਾਨ ਆ ਤੇਰੇ ਫਿਊਚਰ? ਫਿਊਚਰ ਨੂੰ ਬਾਈ ਇਹ ਕਹਿੰਦਾ ਵੀ ਇੱਥੇ ਮੈਨੂੰ ਬਹੁਤ ਵਧੀਆ ਮਿਲਿਆ, ਇਹ ਆਪਣੇ ਨਾਲ ਦੋ ਤਿੰਨ ਦਿਨਾਂ ਦਾ ਫਿਰਦਾ ਤੇ ਇਹ ਕਹਿੰਦਾ ਮੈਂ ਇੰਡੀਆ ਦੇਖਣਾ, ਮੈਂ ਦਿਖਾ ਦੇਾਂਗੇ। ਦਿਖਾ ਦੇਾਂਗੇ। ਆਰ ਡੂ ਯੂ ਲਾਈਕ ਟੂ ਵਿਜ਼ਿਟ ਰੰਧਾਵਾ ਹਾਊਸ? ਯੈਸ ਕੋਰ। ਯੈਸ, ਇਹਦੇ ਨਾਲ ਜਾਏਗੇ ਹੀ ਜਾਏਗਾ ਹੁਣ ਫਿਰ। ਯੈਸ, ਐਨੀ ਪਲਾਨ when you want to come in India? I don't know yet. I don't know yet. ਹਜੇ ਕਹਿੰਦਾ ਪਤਾ ਨਹੀਂ। ਇੱਕ ਵਾਰੀ ਜਹਾਜ਼ ਉਤਰੇ ਯਾਰ, ਸਾਰਾ ਖਰਚਾ ਸਾਡਾ। ਕੀ ਪਿੰਡ ਵਾਲੀ ਗੱਲ ਹੈ, ਇਹਨੇ ਖੁੱਲਾ ਕੰਮ ਕਰਤਾ। ਰਧਾਵੇ ਨੇ ਕਹਿੰਦਾ ਵੀ ਭਾਈ ਤੇਰਾ ਰੋਟੀਆਂ ਸਾਗ ਨਾ ਖਾ ਖਾ ਕੇ ਤੈਨੂੰ ਹਰਾ ਕੱਢ ਦੇਾਂਗੇ ਗੋਰੇ ਤੋਂ, ਹੈਨਾ। ਮੈਂ ਆ ਕੇ ਜਿੰਨਾ ਚਿਰ ਮਰਜ਼ੀ ਰਹੇ ਆਪਣੇ ਦੇਸ਼ 'ਚ, ਇਹ ਸਾਰਾ ਖਰਚਾ ਆਪਣਾ ਐ ਨਹੀਂ ਹੋ ਗਿਆ। ਹੁਣ ਇੱਥੇ ਆਇਆ ਬੇਟਾ, ਇਹ ਕਹਿੰਦਾ ਇੱਥੇ ਮੇਰਾ ਖਰਚਾ ਬਹੁਤ ਹੋ ਰਿਹਾ, ਸਾਰੀ ਹੋ ਰਿਹਾ। ਤੇ ਇਹ ਕਹਿੰਦਾ ਵੀ ਇਹਨੂੰ ਮੈਂ ਕਿਹਾ ਵੀ ਇਹ ਹੈਰਾਨ ਰਹਿ ਗਿਆ। ਉਹ ਕਿਹਾ ਵੀ ਪੰਜਾਬ ਇਹ ਜਗ੍ਹਾ ਵੀ ਉੱਥੇ ਖਰਚਾ ਸਾਰਾ ਅਗਲੇ ਦੀ ਹੁੰਦਾ ਗਾ। ਇਹ ਕਹਿੰਦਾ ਯਾਰ ਪਹਿਲਾ ਇਹ ਮੈਂ ਮੁਲਕ ਦੇਖਿਆ ਵੀ ਜਿਹੜਾ ਇਹ ਜਗ੍ਹਾ, ਇਹਦਾ ਖੁਸ਼ੀ ਵਾਲਾ ਹੋਇਆ ਪਹਿਲਾਂ। ਹੁਣ ਸਾਰੇ ਜਿਹੜਾ ਹੈਗਾ ਆਪਾਂ ਕੀ ਬੀਅਰ ਬੂਰ ਪਿਆਈ ਹੈ ਨਾ ਯਾਰ ਮੇਰਾ ਆਪਣਾ। ਕੋਟਲੀ ਦੇ ਦੇਸ਼ ਬਾਰੇ ਦੱਸ ਵੀ ਕਿੱਥੋਂ ਸਾਰਾ ਬਾਈ ਨੇ ਗੱਲ ਕਰਤਾ। ਵਾਟਸ ਯੂਅਰ ਗੁੱਡ ਨੇਮ ਬ੍ਰਦਰ? ਨਿਕ। ਇਹ ਆ ਗਿਆ ਓਏ ਨਿਕ ਦਾ, ਉਹ ਪ੍ਰਿੰਕਾ ਚੋਪੜਾ ਦਾ ਘਰ ਵਾਲਾ, ਇਹ ਤਾਂ ਨਹੀਂ ਕਿਤੇ? ਇਹ ਨਹੀਂ ਹੈਗਾ, ਇਹਦੇ ਨਾਲ ਤੂੰ ਗੱਲਾਂ ਕਰ ਸਾਰੀਆਂ। ਤੂੰ ਮੈਨੂੰ ਦੱਸੀ ਜਾ ਮੈਂ ਕਰ ਲੈਣਾ। ਫਰੋਮ ਨੈਦਰਲੈਂਡ? ਓਕੇ, ਉਹ ਨੀਦਰਲੈਂਡ ਚ। ਬਸ ਕੀ ਕਹਾਂ ਹੁਣ ਅੰਗਰੇਜ਼ੀ ਪੁੱਛ, ਤੂੰ ਪੰਜਾਬੀ ਚ ਪੁੱਛ। ਇਹ ਨੀਦਰਲੈਂਡ ਤੋਂ ਆ ਤੇ ਇਹ ਕਹਿੰਦਾ ਪਹਿਲੀ ਹਜੇ ਪਹਿਲੀ ਕੰਟਰੀ ਮੇਰੀ ਘੁੰਮਣ ਵਾਲੀ। ਓਕੇ, ਇੰਡੋਨੇਸ਼ੀਆ। ਸੱਚੇ ਦਾ ਪੁੱਛਿਆ ਗੁਰੇ ਕਰਦੇ ਕੀ ਸਾਰੀ ਉਮਰ, ਹੈਨਾ ਇਹ ਪੁੱਛ ਗਏ ਘੁੰਮਣ ਬਾਰੇ ਪੁੱਛ। ਨਿਕ, ਵਾਟਸ ਨੀਦਰਲੈਂਡ ਪੀਪਲਸ ਡੂ ਇਨ ਦੇਅਰ ਯੰਗ ਏਜ? ਲਾਈਕ ਯੂ ਆਰ 22 ਈਅਰ ਓਲਡ, ਹੈਨਾ। ਵਾਟਸ ਯੂਅਰ ਕੁਆਲੀਫਿਕੇਸ਼ਨ? ਵਾਟ ਵੀ ਡੂ? ਹਾਂ, we drinking in all the pubs. You drinking? Yes. ਇਹ ਕਹਿੰਦਾ दारू ਪੀਣੇ ਆਪਣਾ, ਇਹ ਕਹਿੰਦਾ दारू ਪੀਣੇ, ਇਹਦਾ दारू ਆ। ਇਹ ਕਹਿੰਦੇ ਇਹ ਆਪਣੇ ਨਾਲ ਗੋਰੀ ਕੱਲ ਵੀ ਗੱਲ ਹੋਈ ਸੀ। ਹਾਂ, ਇਹ ਕਹਿੰਦੇ ਮੈਂ ਆਪਾਂ ਤੂੜੀ ਵਾਲੀ ਸਵਾਤ ਪਾਉਨੇ ਆ ਤੇ ਜਵਾਕਾਂ ਲਈ ਬਹੁਤ ਕੁਝ ਜੋੜਦੇ ਕਰਦੇ ਆ। ਅੱਛਾ, ਇਹ ਕਹਿੰਦੇ ਵੀ ਇਸ ਤੇ ਘੁੰਮਦੇ ਫਿਰਦੇ ਆ, ਇੰਜੋਏ ਕਰਦੇ ਆ, ਇਸ ਕਰਦੇ ਆ ਵੀ ਬੰਦੇ ਦਾ ਪਤਾ ਨਹੀਂ ਕਦੋਂ ਤੁਰ ਜੀਏ। ਇਹਦਾ ਪੁੱਛ ਲੱਲਾ, ਇਹ ਕਹਿੰਦਾ ਆਉਣ ਵਾਲਾ ਪਲਾਨ ਹੀ ਕੰਟਰੀਆਂ ਘੁੰਮਣਾ ਮੇਰੀਆਂ। ਓਕੇ, ਵਾਟਸ ਯੂਅਰ ਫਿਊਚਰ ਪਲਾਨ? ਅ ਫਿਊਚਰ ਪਲਾਨ? What do you do in your life? I am a gardener in the Netherlands. ਇਹ ਕਹਿੰਦਾ ਮੈਂ ਮਾਲੀ ਆ ਉਥੇ, ਤੇਰਾ ਯਾਰ ਇਹਦਾ ਪੱਠੇ ਵੜਨ ਦੇ ਬਾਹਲਾ ਹੀ ਕੰਮ ਆਊ। ਨਹੀਂ, ਪੜਦਾ ਵੀ ਇਹ ਸਾਰਾ ਕੁਝ ਕਰਦਾ ਯਾਰ। ਓਕੇ, ਆਲਸੋ ਯੂ ਆਰ ਸਟੂਡੈਂਟ? ਨੋ, ਯੂ ਕਮ ਐਨੀਮੋਰ? ਯੂ ਵਾਟ ਕਮੈਂਟ ਖੜ ਜਾ। ਵਾਟਸ ਯੂਅਰ ਕੁਆਲੀਫਿਕੇਸ਼ਨ ਬ੍ਰਦਰ? ਆਮ ਗਾਰਡਨਰ। ਉਹ ਗਾਰਡਨਰ ਤਾਂ ਹੈਗਾ ਬਣਾ ਦਾ, ਉਹ ਪੜਿਆ ਕਿ ਨਹੀਂ? ਚੱਲ ਛੱਡ ਪਰੇ, ਇੰਨੀ ਅੰਗਰੇਜ਼ੀ ਇਹਨੂੰ ਵੀ ਨਹੀਂ ਆਉਂਦੀ ਮੈਨੂੰ ਲੱਗਦਾ ਜਿੰਨੀ ਆਪਾਂ ਨੂੰ ਆਉਂਦੀ ਹੈ। ਗੱਲ ਇਹ ਆ, ਉਹ ਯਾਰ ਲਾਈਵ 'ਚ ਆਵਾਜ਼ ਬੰਦ ਹੋ ਗਈ, ਕਹਿੰਦਾ ਦੇਖੀ ਮਾੜੀ ਚਲਾ ਕੇ ਤੇਰਾ ਚੜਦਾ ਵੇ। ਚੀਨਾ ਦੇ ਜਵਾਕ ਆ ਡਾਈ ਤੁਰਿਆ ਮੰਤਰ ਹੋਏ ਸਾਡੇ, ਆਹ ਦੇਖੋ ਕੈਸਲ ਬਣਾਉਂਦੇ, ਠੀਕ ਹੈ। ਤੇ ਤੇਰਾ ਯਾਰ ਛੋਟੇ ਛੋਟੇ ਜਵਾਕ ਦੇਖ ਲਾ, ਸਪੇਨ ਦਾ ਉਹ, ਆਹ ਦੇਖ ਲਓ ਛੋਟੇ ਛੋਟੇ ਜਵਾਕ, ਠੀਕ ਆ, ਅਗਲੇ ਪੂਰੇ ਪਰਿਵਾਰਾਂ ਨੂੰ ਲੈ ਕੇ ਆਉਂਦੇ ਆ, ਠੀਕ ਹੈ। ਅਤੇ ਛੋਟੇ ਛੋਟੇ ਜਵਾਕ ਹੀ ਵਾਰ ਦਿੰਦੇ ਆ ਸਮੁੰਦਰ 'ਚ, ਅਤੇ ਮੇਰੇ ਵਾਲਾ ਕੱਸੀ 'ਚ ਵੜਨ ਕਰਨ ਡਰਦਾ ਰਹਿੰਦਾ ਵੀ ਕਿਤੇ ਊਣਾ ਡੁੱਬ ਜ ਗਿਆ, ਹੈ ਨਾ। ਤਾਂ ਹੀ ਮੈਨੂੰ ਲੱਗਦਾ ਸਾਰੀ ਉਮਰ ਤੈਰਨਾ ਨਹੀਂ ਆਇਆ ਆਪਾਂ ਨੂੰ। ਆਹ ਦੇਖ ਲਓ, ਹੋ ਉੱਥੋਂ ਤੱਕ ਆਹ ਜਿਹੜੇ ਹੈਗਾ ਮਲੇਸ਼ੀਆ ਦੇ ਆ, ਤਾਮਿਲਾਂ ਦੇ ਜਵਾਕ ਜਵੂਕ ਆ ਬਾਈ। ਆਹ ਦੇਖ ਲਓ ਕਿੱਥਾ ਨਾਲੇ ਸਮੁੰਦਰ ਆ, ਹਾਂ ਤੇਰੇ ਕੋਲ ਆਉਂਦੀ ਨਹੀਂ ਖੋਲ ਕੇ ਦੇਖ ਯਾਰ। ਤਾਂ ਇੱਧਰੋਂ ਆਹ ਦੇਖ ਲਓ ਵੀ ਇੱਧਰਲੇ ਪਾਸੇ ਚੀਨੇ ਬਣਾਈ ਜਾਂਦਾ ਘਰ, ਹੈ ਨਾ, ਜਵਾਕਾਂ ਨਾਲ ਲਾਈ ਬੈਠੀ ਹੈ। ਅਤੇ ਇੱਧਰੋਂ ਉਹ ਦੇਖ ਇੱਕ ਆਹ ਵੀ ਯਾਰ, ਇੱਕ ਗੱਲ ਆ, ਸਹੀ ਗੱਲ ਆ ਯਾਰ, ਇੱਕ ਗੱਲ ਮੈਂ ਕਿਸੇ ਪੜ੍ਹੀ ਸੀ, ਪਤਾ ਨਹੀਂ ਸੁਣਿਆ, ਵੀ ਬੰਦਾ ਰੇਤ ਦੇ ਘਰ ਸਮੁੰਦਰ ਦੇ ਕਿਨਾਰੇ ਬਣਾਉਂਦਾ ਰਹਿੰਦਾ ਬਾਈ। ਜ਼ਿੰਦਗੀ ਵੀ ਆਪਣੀ ਇਹੋ ਜਿਹੀ ਆ, ਹੈ ਨਾ, ਵੀ ਇਹਨਾਂ ਨੇ ਕਿੰਨਾ ਮਿਹਨਤ ਨਾਲ ਆ ਘਰ ਬਣਾਉਣੇ ਆ, ਠੀਕ ਆ, ਜਿਵੇਂ ਆਹ ਕੈਸਲ ਬਣਿਆ। ਅਤੇ ਸ਼ਾਮ ਨੂੰ ਸਮੁੰਦਰ ਦੀ ਇੱਕ ਛਾਲ ਆਊਗੀ ਅਤੇ ਇਹ ਸਾਰਾ ਕੁਝ ਵਾਹ ਕੇ ਲੈ ਜਾਊਗੀ। ਮੰਨ ਲਾ ਕੀ ਆ ਕਿ ਅਸੀਂ ਸਾਰੀ ਉਮਰ ਇਹਨਾਂ ਕੰਮਾਂ 'ਚ ਹੀ ਰਹਿੰਦੇ ਹਾਂ ਵੀ ਯਾਰ ਅਸੀਂ ਘਰ ਬਣਾ ਲਿਆ, ਅਸੀਂ ਆਹ ਜੋੜ ਲਿਆ, ਆਹ ਜੋੜ ਲਿਆ, ਹੈ ਨਾ, ਅਤੇ ਐਂਡ 'ਤੇ ਪਤਾ ਨਹੀਂ ਕਿੱਦਾਂ ਨਿਬੜ ਜਾਣਾ ਕੰਮ, ਠੀਕ ਆ। ਵੈਸੇ ਅਤੇ ਆਹ ਦੇਖ ਲਓ ਯਾਰ, ਸਾਰਿਆਂ ਨਾਲ ਔਖਾ ਕੰਮ ਮੈਨੂੰ ਲੱਗਦਾ ਵੀ ਆਹ ਦੇਖ ਲਾ, ਜਵਾਕ ਜਿਹੇ ਛੋਟੇ ਛੋਟੇ ਆ, ਆਹ ਇਹਦੀ ਕੀ ਉਮਰ ਆ ਓਏ? ਤੂੰ ਦੇਖ ਲਾ ਵੀ ਮੈਨੂੰ ਲੱਗਦਾ ਤਿੰਨ ਤਿੰਨ ਚਾਰ ਚਾਰ ਸਾਲਾਂ ਦੇ ਹੋਣੇ ਆ ਵੱਧ ਤੋਂ ਵੱਧ। ਅਤੇ ਤੇਰਾ ਯਾਰ ਹੋ ਅੰਦਰ ਤੱਕ ਬੜੇ ਬੈਠੇ ਆ ਬਾਈ, ਉਹ ਉੱਥੋਂ ਲੈ ਕੇ ਪਤਾ ਨਹੀਂ ਕਿੱਥੋਂ ਤੱਕ ਆ ਸਾਰਾ ਦਾ ਸਾਰਾ। ਅਤੇ
ਇਧਰੋਂ ਦੇਖ ਲਓ ਆਹ ਫੁੱਟ ਫੁੱਟਬਾਲ ਇੱਥੇ ਖੇਡੀ ਜਾਂਦੇ ਆ, ਇਹ ਲੈਂਦਾ ਜ਼ਿੰਦਗੀ ਦੇ ਨਜ਼ਾਰੇ ਬਾਈ। ਤੇ ਬਾਕੀ ਆ ਹਾਏ ਹਾਏ ਕਾਕੂ ਹੀਰਿਆ ਲੈ ਮਲੇਸ਼ੀਆ ਚ ਗਾਣਾ ਸਾਰੇ ਕਾਕੂ ਯਾਰ ਮੇਰਾ ਕਰੀ ਕਰਾ ਇਧਰਲੇ ਕਾਕੂ ਰਿਕੁਐਸਟ ਭੇਜ ਆਪਦੀ। ਕਾਕੂ ਹੀਰਾ ਆ ਗਿਆ ਆਪਣੇ ਨਾਲ ਮੇਰਾ ਯਾਰ, ਬੜਾ ਮੈਂ ਕਹਾਂ ਬੜਾ ਮੈਨੂੰ ਪਿਆਰਾ ਬੰਦਾ ਯਾਰ, ਜ਼ਿੰਦਗੀ ਕਾਕੂ ਦੀ ਵੀ ਹੈ। ਕਾਕੂ ਆਪਾਂ ਆਵਾਂਗੇ ਠੀਕ ਆ, ਕਾਕੂ ਨੂੰ ਲੈ ਕੇ ਆਵਾਂ, ਕਾਕੂ ਇੱਥੇ ਕੱਢਿਆ ਕਰਾਂਗਾ ਮੂਸੇ ਵਾਲੇ ਦੇ ਵੱਟ ਯਾਰ। ਆਹ ਦੇਖ ਕਾਕੂ ਯਾਰ ਆਪਣੇ ਵਾਲੇ ਬੰਦਿਆਂ ਮੈਂ ਰੋਂਦੇ ਰਹਿੰਦੇ, ਦੇਖ ਲਾ ਜਵਾਕ ਕਿੱਡੇ ਘੈਂਟ ਹੈ ਮੈਨੂੰ ਆਹ ਬੱਲੇ ਬੱਲੇ ਆ ਗਿਆ ਕਾਕੂ ਹੀਰਾ। ਕਾਕੂ ਮੈਂ ਇਧਰਲੇ ਪਾਸੇ ਦੇਖ ਲਾ ਛੋਟੇ ਛੋਟੇ ਬੱਚੇ ਯਾਰ ਹੈ ਨਾ ਪਿਆਰੇ ਆ, ਇੱਧਰ ਮੰਨ ਲਾ ਇਹ ਚੀਨਿਆਂ ਦੇ ਜਿਹੜੇ ਛੋਟੇ ਛੋਟੇ ਜਵਾਕ ਆ ਉਹ ਯਾਰ ਮੈਂ ਰਿਕੁਐਸਟ ਕਾਕੂ ਹੀਰਾ ਲੈ ਬਈ ਇਨਵੀਟੇਸ਼ਨ ਬੜੀ ਜਲਦੀ ਆਪਣੇ ਆਰਮੀ ਜੋੜਨ ਵਾਲਾ ਮੇਰਾ, ਇਹਨੂੰ ਜ਼ਰੂਰ ਫੋਲੋ ਕਰੇ ਯਾਰ, ਇਹ ਬੰਦਾ ਦਿਲ ਦਾ ਸਾਫ਼ ਆ ਵਿਚਾਰਾ। ਤੇ ਆਹ ਦੇਖ ਲਓ ਵੀ ਬੰਦਾ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਜ਼ਿੰਦਗੀ ਇਹੋ ਜਿਹੀ ਆ ਸਾਡੀ, ਅਸੀਂ ਸਮੁੰਦਰ ਦੇ ਕਿਨਾਰੇ ਜਿਹੜਾ ਹੈਗਾ ਘਰ ਬਣਾਉਂਦੇ ਰਹਿੰਦੇ ਹਾਂ। ਉਹ ਬੱਲੇ ਬੱਲੇ ਉਹ ਕੀ ਹਾਲ ਆ ਕਾਕੂ, ਠੀਕ ਹੈ? ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਮੈਨੂੰ ਠੀਕ ਆ, ਸਤਿ ਸ੍ਰੀ ਅਕਾਲ, ਕੀ ਹਾਲ ਆ ਫਿਰ ਠੀਕ ਹੈ? ਆਪਣੇ ਵਾਲੇ ਆਪਾਂ ਯਾਰ ਸਾਰੀ ਉਮਰ ਕਸਕਾਂ ਚ ਨੀ ਬੜੇ ਟੋਭਿਆਂ ਚ ਵੀ ਹੈ ਨਾ ਡਾਡਾ ਰੱਖੇ ਤੇ ਆਤਰੇ ਯਾਰ ਦੇਖੋ ਛੋਟੇ ਛੋਟੇ ਜਵਾਕ ਤੇ ਸਹੀ ਗੱਲ ਆ ਬਾਈ ਰਹਿਣਾ ਨਜ਼ਾਰੇ ਤਾਂ ਇੱਥੇ ਆ ਬਾਈ ਦੇਖ ਲੈ ਮਤਲਬ ਰੇਂਜ ਘੱਟ ਆ ਕਾਕੂ ਤੇਰੇ ਕੋਲੇ ਯਾਰ। ਹਾਂਜੀ 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 ਨੈਟਵਰਕ ਦੀ ਪ੍ਰੋਬਲਮ ਵੀ ਦੇਖ ਲਾ ਵੀ ਜ਼ਿੰਦਗੀ ਹੈ ਨਾ ਲੋਕਾਂ ਦੀ ਦੁਨੀਆ ਭਾਂਤ ਭਾਂਤ ਦੀ ਪਈ ਹੈ। ਬਿਲਕੁਲ ਹੈਂ ਤੁਹਾਡਾ ਫੋਨ ਨਹੀਂ ਲੱਗਦਾ ਹੁੰਦਾ ਜੀ, ਮੈਂ ਕਈ ਕਈ ਵਾਰੀ ਫੇਸਬੁੱਕ ਤੇ ਹੁੰਦਾ, ਮੈਂ ਕਰੂੰ ਤੈਨੂੰ ਕਾਲ ਕਰੂੰ ਫਿਰ ਇਹਦੇ ਚ ਨਹੀਂ ਹੁੰਦਾ ਕੰਮ ਲੋਟ, ਮੈਂ ਕਾਲ ਕਰੂੰ ਤੈਨੂੰ। ਠੀਕ ਹੈ ਵੀਰੇ ਠੀਕ ਹੈ ਧੰਨਵਾਦ ਜੀ। ਅਸਲ ਚ ਨਾ ਕਾਕੂ ਕੋਲੇ ਨੈਟਵਰਕ ਯਾਰ ਮੈਨੂੰ ਵੀ ਦਿਸਣਾ ਬੰਦ ਹੋ ਗਿਆ, ਇੱਕ ਮਿੰਟ ਖੜ ਗਿਆ ਤੇ ਮੈਂ ਜਿਹੜੀ ਗੱਲ ਕਰਦਾ ਬਾਈ ਇਧਰਲੇ ਪਾਸੇ ਆਪਦੇ ਇਹ ਆ ਲੈ ਲੈਂਦੇ ਆ ਘਰ ਜੇ ਕੁਰਸੀਆਂ ਡਾਹ ਲੈਂਦੇ ਆ ਨਾ ਸਮਾਨ ਚੱਕਣ ਦਾ ਦੇਖ ਲਓ ਆਹ ਦੁਨੀਆ ਇਹ ਆਪ ਨੀ ਸਾਰਿਆਂ ਨੂੰ ਮੈਨੂੰ ਵਧੀਆ ਬੀਚ ਇਹ ਲੱਗਿਆ ਦੁਨੀਆਂ ਦਾ ਯਾਰ, ਜਿੱਥੇ ਬੱਚੇ ਵੀ ਖੇਡਦੇ ਆ ਦੇਖਦਾ ਯਾਰ ਸਾਰਾ ਭਰਿਆ ਪਿਆ ਨਾ ਲੱਤਾਂ ਲੁੱਤਾਂ ਤੇ ਜਿੰਨਾ ਹੈਗਾ ਨੀ ਸਾਰੇ ਸਾਰਾ ਕਰ ਲਿਆ ਟੂ ਜੜ ਚੀਜ਼ਾਂ ਮਤਲਬ ਇਹੀ ਵਧੀਆ ਕਹਾਣੀ ਆ। ਉਹ ਜਿਵੇਂ ਰੰਧਾਵਾ ਦਾ ਯਾਰ ਇੱਕ ਗੋਰਾ ਰੰਧਾਵਾ ਵੀ ਖੁੱਲ੍ਹਾ ਹੀ ਰੱਖਦਾ ਠੀਕ ਹੈ, ਤੇ ਇੱਧਰਲੇ ਪਾਸੇ ਤੁਸੀਂ ਦੇਖ ਲਓ ਘੈਂਟ ਕੰਮ ਆ ਬਾਈ। ਅਸਲ ਚ ਨਾ ਮੈਨੂੰ ਇਹ ਜਿਹੜੇ ਹੈਗੇ ਚੀਨੇ ਹੋ ਗਏ ਜਾਂ ਗੋਰੇ ਹੋ ਗਏ ਤੇ ਬਾਈ ਬਾਕੀ ਉਹ ਛੋਟੀ ਉਮਰ ਦੇ ਵਿੱਚ ਜਵਾਕਾਂ ਨੂੰ ਸਿੱਟ ਦਿੰਦਾ ਸਮੁੰਦਰਾਂ ਚ, ਤੇ ਦੇਖ ਲਾ ਵੀ ਇਹਨਾਂ ਨੇ ਤੈਰਨਾ ਜਿਹਨਾਂ ਨੇ ਸਮੁੰਦਰਾਂ 'ਚ ਸਿੱਖਿਆ ਬਾਈ ਉਹ ਕਿੱਥੇ ਦਰਿਆਵਾਂ 'ਚ ਡੁੱਬ ਜਾਣਗੇ ਹੈ ਨਾ, ਜਿਹਨਾਂ ਨੇ ਜ਼ਿੰਦਗੀ ਆਪਾਂ ਗੱਲ ਕਰਕੇ ਐਡੇ ਵੱਡੇ ਸੰਘਰਸ਼ ਤੋਂ ਸ਼ੁਰੂ ਕੀਤੀ ਆ ਉਹ ਗੱਲ ਹੈ, ਤਾਂ ਇਹ ਤਾਂ ਕਰਕੇ ਇਹ ਇਹਨਾਂ ਨੂੰ ਡਰ ਹੀ ਨਹੀਂ ਹੁੰਦਾ ਵੀ ਹੋ ਦੇਖ ਲਾ ਵੀ ਸਮੁੰਦਰ ਅਨੰਤ ਹੁੰਦਾ ਬਾਈ ਹੈ ਨਾ, ਇਹ ਇਹ ਕਹਾਣੀ ਆ। ਆਹ ਦੇਖ ਲਾ ਜਵਾਕ ਇਹਨੂੰ ਘੜੀਸੀ ਤੁਰੀ ਆਉਂਦੇ ਆ ਇਹ ਲੈਂਦਾ ਨਜ਼ਾਰੇ ਇੱਧਰ ਫੁੱਟਬਾਲ ਖੇਡੀ ਜਾਂਦੇ ਆ ਅਸਲ ਚ। ਹੁਣ ਅੱਗੇ ਇੱਕ ਸੀ ਹੁਣ ਦੋ ਤਿੰਨ ਜਾਣੇ ਹੋ ਗਏ ਘਰ ਬਣਾਉਣ ਵਾਲੇ ਠੀਕ ਹੈ, ਤਾਂ ਇੱਧਰੋਂ ਸੋ ਮੇਰਾ ਸੀਗਾ ਕਹਾਣੀ। ਮੈਂ ਰੰਧਾਵੇ ਨੂੰ ਪੁੱਛਦਾ ਵੀ ਗੋਰਾ ਕੀ ਕਹਿੰਦਾ, ਮਨਾ ਲਿਆ ਗੋਰਾ ਇਹ ਗੋਰਾ ਪਿੰਡ ਲਿਆਊ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਹੈਗਾ, ਬਾਕੀ ਗੋਰੇ ਬੰਦੇ ਦਿਲ ਦੇ ਸਾਫ਼ ਹੁੰਦੇ ਆ ਜਿਹੜੇ ਨੌਜਵਾਨ ਦੇ ਹੁੰਦੇ ਆ, ਜਿਵੇਂ ਇਹ ਮੁੰਡਾ 21-22 ਸਾਲ ਦਾ ਇਹ ਕੀ ਹੋ ਗਿਆ ਆਈ ਜਾਂਦੀ ਹੈ ਕੀ ਹਾਲ ਹੈ ਉਹ ਕੀ ਹੋ ਗਿਆ ਰੰਧਾਵੇ ਹੋਈ ਕਿ ਸੈਟਿੰਗ ਤੇਰੀ ਕੀ ਕਹਿੰਦਾ ਹੁਣ ਕਿੱਦੇ ਆਊਗਾ ਇਹ ਅਗਲੇ ਸਾਲ ਕਹਿੰਦਾ ਯਾਰ ਕਹਿੰਦਾ ਵੀ ਮੈਂ ਕੋਟਲੀ ਦੇ ਪਿੰਡ ਵੀ ਜਾਣਾ ਗਾ ਅੱਛਾ ਤੇਰੇ ਪਿੰਡ ਵੀ ਜਾਣਾ ਜਿੱਥੇ ਮਰਜ਼ੀ ਕਹਿੰਦਾ ਮੈਨੂੰ ਲਈ ਫਿਰਿਓ ਇਹ ਅਗਲੇ ਸਾਲ ਕਹਿੰਦਾ ਅਗਲੇ ਸਾਲ ਆਏਗਾ ਨੈਕਸਟ ਈਅਰ ਪੱਕਾ ਯੈਸ ਪੱਕੀ ਗੱਲ ਹੈ ਓਕੇ ਆ ਜਿਹੜਾ ਆਰ ਯੂ ਹੈਪੀ ਵਿਦ ਯੂਰ ਲਾਈਫ ਯੈਸ ਆਮ ਵੈਰੀ ਹੈਪੀ ਓਕੇ ਹਾਊ ਮੈਨੀ ਬ੍ਰਦਰ ਸਿਸਟਰ ਹੈਵ ਯੂ ਟੂ ਵਨ ਬ੍ਰਦਰ ਟੂ ਬ੍ਰਦਰ ਯੂ ਆਰ ਟੂ ਬ੍ਰਦਰ ਯੂ ਹੈਵ ਸਿਸਟਰ ਵਾਟ ਓਕੇ ਵਾਟ ਵਰਕ ਯੂਰ ਫਾਦਰ ਡੂ ਮਾਈ ਫਾਦਰ You work in how do you name it? Anything like we can understand, no worry. Yeah. ਚਾਕੂ ਕਾਹ ਚ ਇਹ ਕਹਿੰਦਾ ਬਾਪੂ ਦਾ ਪਤਾ ਨਹੀਂ ਇਹਨੂੰ ਜਸਟ ਐਕਸਪਲੇਨ bro ਆ ਢਾਈ ਤੁਰਿਆਂ ਦਾ ਮੰਤਰ ਅੰਗਰੇਜ਼ੀ ਦੇ ਚਲ ਕੋਈ ਗੱਲ ਨਹੀਂ ਆਈ ਛੱਡ ਪਰੇ ਆ ਡੂ ਯੂ ਲਾਈਕ ਰੰਧਾਵਾ ਯੂ ਨੋ ਹਿਮ
ਜਾਣਦਾ ਯੂਟਿਊਬਰ ਆ ਯੂ ਲਾਈਕ ਟੂ ਹਿਮ ਬ੍ਰੋ ਯੈਸ ਆ ਯਾ ਸ਼ੋਰ ਇਹਨੇ ਕਿਹੜਾ ਵਿਆਹ ਕਰਾਉਣਾ ਹੈ ਨਾ ਸ਼ੋਇੰਗ ਟੂ ਹਿਸ ਫਾਲੋਅਰ ਨਾ ਨਾ ਇਹਨੂੰ ਮੈਂ ਪੁੱਛਲਾ ਹਾਂ ਇਹਨੂੰ ਮੈਂ ਪੁੱਛਿਆ ਸੀ ਇਹ ਕਹਿੰਦਾ ਮੈਂ ਜਾਣਦਾ ਲਾਈਕ ਮੀ ਜਸਟ ਲਾਈਕ ਮੀ ਅੱਛਾ ਅੱਛਾ ਲਾਈਕ ਦੇ ਮਤਲਬ ਵੀ ਬਹੁਤ ਹੈ ਨਾ ਹੁਣ ਜੇ ਆਪਣੀ ਭਾਸ਼ਾ ਚ ਕੱਢੀ ਤਾਂ ਬਹੁਤ ਨਿਕਲ ਆਉਣਾ ਠੀਕ ਆ ਠੀਕ ਆ ਠੀਕ ਆ ਪਰ ਜੇ ਇਹਨਾਂ ਦੀ ਭਾਸ਼ਾ ਚ ਗੱਲ ਕਰੀਏ ਇੱਕ ਗੱਲ ਆ ਗੱਗੀ ਮੈਂ ਗੱਗੀ ਤੋਂ ਗੱਲ ਸਿੱਖਿਆ ਗੱਗੀ ਪੜਿਆ ਕਿ ਨਹੀਂ ਗੱਗੀ ਸਹੀ ਦੱਸੀ ਬਈ ਪੜਿਆ ਮੈਂ 12ਵੀਂ ਜੋ ਰੀਪੀਆਰ ਸੀ ਤਾਂ ਮਲੇਸ਼ੀਆ ਤੇ ਦੇਖ ਲੈ ਵੀ ਆਪਣੇ ਵਾਲੇ ਜਿਹੜੇ ਅੰਗਰੇਜ਼ ਆਪਣੇ ਆਇਲਸ ਕਰਦਾ ਰਹਿੰਦਾ ਹੋਵੇ ਦੋ ਦੋ ਸਾਲ ਮੇਰੇ ਵਰਗੇ ਬਠਿੰਡੇ ਕਾਲ ਨੇ ਕੋਈ ਚੰਡੀਗੜ੍ਹ ਹੈ ਨਾ ਤੇ ਆਤਰਾ ਯਾਰ ਮੇਰੇ ਤੋਂ ਵੱਧ ਅੰਗਰੇਜ਼ੀ ਜਾਣਦਾ ਇਹਦੇ ਨਾਲ ਗੱਲਾਂ ਬਾਤਾਂ ਕਰੀ ਜਾਂਦਾ ਜਿੰਨੀ ਮਰਜ਼ੀ ਬੁਲਾਈ ਜਾ ਇਹ ਸਾਣੇ ਕਹਿੰਦੇ ਵਾਹ ਪੈ ਜਾਣਗੇ ਰਾਹ ਪੈ ਜਾਣੇ ਕਿਵੇਂ ਸਿੱਖੀ ਅੰਗਰੇਜ਼ੀ ਬਾਈ ਬਾ ਇੱਥੇ ਬਾਈ ਉਹਦਾ ਦੀ ਗੱਲ ਦਾ ਹੌਲੀ ਹੌਲੀ ਟਾਈਮ ਦੇ ਹਿਸਾਬ ਨਾਲ ਟੋਟਲੀ ਤੈਨੂੰ ਟੋਟਲੀ ਲੋਕਾਂ ਦੇ ਨਾਲ ਹਨਾ ਸਹੀ ਗੱਲ ਦੱਸਤੀ ਰੌਲਾ ਪੈ ਜੂ ਇੱਕ ਪੜਿਆ ਹੁੰਦਾ ਇੱਕ ਕੜਿਆ ਹੁੰਦਾ ਕੜਿਆ ਬੰਦਾ ਵੱਧ ਕੰਮ ਜਾਵੇ ਕੜਿਆ ਹੈ ਕੜਿਆ ਹੈ ਮਾਲਾ ਸਾਡੇ ਵੱਲ ਤੋਂ ਬਿਨਾਂ ਦੁਨੀਆਂ ਭਰ ਦੇ ਸਾਰੇ ਬੰਦੇ ਹੀ ਬਈ ਸਵੀਮਿੰਗ ਦੇ ਵਿੱਚ ਮਾਹਰ ਹੈ ਸੋ ਵਧੀਆ ਯਾਰ ਦੇਖੋ ਕਿੰਨਾ ਘੈਂਟ ਨਜ਼ਾਰਾ ਬਾਈ ਇਹਦੇ ਸਾਰਿਆਂ ਨੂੰ ਵਧੀਆ ਕੰਮ ਲੱਗਿਆ ਜਵਾਕਾਂ ਨੂੰ ਬਹੁਤ ਲੈ ਕੇ ਆਉਂਦੇ ਯਾਰ ਆਹ ਦੇਖ ਲਓ ਕਿੰਨੇ ਕਿੰਨੇ ਜਵਾਕ ਆ ਲੋਕਾਂ ਦੇ ਹੁਣ ਤਾਂ ਸਾਡੇ ਤਾਂ ਪੰਜਾਬ ਚ ਹਾਲ ਹੋ ਪਏ ਇੱਕ ਤੋਂ ਬਾਅਦ ਦੂਜਾ ਕੋਈ ਜੰਮਦੇ ਨੀ ਜੇ ਮੁੰਡਾ ਹੋ ਗਿਆ ਕਿਸੇ ਦੇ ਠੀਕ ਆ ਵੀ ਇੱਕ ਇੱਕ ਜਵਾਕ ਹੈ ਆਹ ਦੇਖੋ ਚੀਨਾ ਦੇ ਦੋ ਦੋ ਚਾਰ ਚਾਰ ਹੁੰਦਾ ਤੇਰੇ ਯਾਰ ਆਈ ਪਲੀ ਪੁਲੀ ਜਾਂਦੇ ਆ ਹਨਾ ਤੇ ਹੋਰਾਂ ਦੇ ਤੇ ਦੇਖ ਲਓ ਮੁੜ ਕੇ ਔਖਾ ਆਹ ਸਾਰਾ ਕੁਝ ਆ ਬਾਈ ਮਾਪੇ ਉਧਰ ਬੈਠਿਆ ਤੰਬੂਆਂ ਚ ਬਾਈ ਆਹ ਜਿਹੜੇ ਲਾਏ ਆ ਸਾਹਮਣੇ ਤੇ ਜਵਾਕ ਖੁੱਲੇ ਛੱਡੇ ਹੋਏ ਡਾਈ ਤੁਰਿਓ ਮੰਤਰ ਕਹਿੰਦੇ ਵੀ ਇਹ ਜ਼ਿੰਦਗੀ ਹੈ ਧੰਨਵਾਦ ਸਟਾਰ ਭੇਜਣ ਵਾਸਤੇ ਬਾਈ ਤੇ ਮੈਂ ਤੁਹਾਨੂੰ ਇਹੀ ਕਹਿਣਾ ਸਾਰਿਆਂ ਨੂੰ ਬਾਈ ਘਰਾਂ ਚੋਂ ਨਿਕਲੋ ਨਿਕਲੋ ਬਾਹਰ ਮਕਾਨ ਉਸਦੇ ਜੰਗ ਲੜੋ ਬਾਈ ਮਾਨੋਸ ਵਾਲਾ ਕੰਮ ਹੈ ਤੇ ਸਮੁੰਦਰਾਂ ਦੇ ਵਿੱਚ ਬਾਈ ਤੈਰਦੇ ਆ ਇਹ ਇਹਨਾਂ ਦਾ ਜ਼ਿੰਦਗੀ ਹੈ ਠੀਕ ਆ ਛੋਟੇ ਛੋਟੇ ਬੱਚੇ ਨਾਲ ਲੈ ਕੇ ਆਉਂਦੇ ਆਪਦੇ ਪਰਿਵਾਰਾਂ ਨਾਲ ਲੋਕ ਇੰਜੋਏ ਕਰਦੇ ਆ ਮੈਨੂੰ ਬੜਾ ਵਧੀਆ ਦੇਸ਼ ਲੱਗਾ ਮਲੇਸ਼ੀਆ ਇੱਕ ਗੱਲ ਮੈਂ ਜਿੰਨੇ ਪੰਜਾਬੀਆਂ ਨਾਲ ਗੱਲ ਕੀਤੀ ਉਹ ਹਰੇਕ ਇਹ ਕਹਿੰਦਾ ਬਾਈ ਇੱਕ ਵਾਰੀ ਆਏ ਆ ਤੇ ਜਾਣਾ ਨੀ ਕਹਾਂ ਸੋ ਵਧੀਆ ਯਾਰ ਸੋ ਮੈਂ ਵੀ ਤੁਹਾਨੂੰ ਕਹਿਣਾ ਭਰਾ ਮੇਰਿਓ ਆ ਬੱਚਿਆਂ ਨੂੰ ਖੁੱਲੇ ਛੱਡੋ ਖੁੱਲੇ ਅਸਮਾਨ ਦੇ ਖਿਡਾਰੀ ਬਣਾਓ ਜਾਣ ਦਿਓ ਸਮੁੰਦਰਾਂ 'ਚ ਜ਼ਿੰਦਗੀ ਲੜਨ ਦਿਓ ਇਹਨਾਂ ਨੂੰ ਜੇ ਲੜਨਗੇ ਫੇਰ ਹੀ ਸਿੱਖਣਗੇ ਆਪਾਂ ਪੋਤਲਿਆਂ ਦੀ ਪਾਈ ਰੱਖਦੇ ਹਾਂ ਇਹ ਸਾਡੇ ਵਾਲਾ ਡੋਬਣਾ ਜਾਵੇ ਹੈ ਡੋਬਣਾ ਜਾਵੇ ਹੈ ਨਾ ਆਈ ਸਾਡੀ ਜ਼ਿੰਦਗੀ ਆ ਸੀ ਕੀ ਅਸੀਂ ਸੋਚਦੇ ਹਾਂ ਪਹਿਲਾਂ ਜਵਾਕ ਦਾ ਜੋੜਨਾ ਫਿਰ ਗਾ ਪੋਤੇ ਹੋ ਜਾਂਦਾ ਫਿਰ ਪੋਤਿਆਂ ਦਾ ਜੋੜਨਾ ਫਿਰ ਗਾ ਉਹਨਾਂ ਵਿਆਹ ਹੋ ਜਾਵੇ ਫਲਾਣਾ ਸੌ ਕਸਮ ਤੇ ਇਹ ਬਸ ਅੱਜ 'ਚ ਜਾਂਦੇ ਆ ਇਹਨਾਂ ਦਾ ਕੱਲ੍ਹ ਜਿਹੜਾ ਹੈਗਾ ਬਸ ਕੱਲ੍ਹ ਹਫ਼ਤਾ ਕੁ ਸੋਚਦੇ ਵੀ ਆ ਚਾਰ ਕੁ ਦਿਨ ਇਹਨਾਂ ਦਾ ਆਹ ਦੋ ਦਿਨ ਆ ਸ਼ਨੀ ਐਤਵਾਰ ਹੁਣ ਵੱਟ ਕੱਢਦੇ ਨੇ ਗੋਰੇ ਹਨਾ ਤੇ ਆਹ 22 ਸਾਲ ਦਾ ਆਹ ਜਿਹੜਾ ਨਿੱਕ ਆ ਨਾ ਮੈਂ ਤੁਹਾਨੂੰ ਦੱਸਾਂ ਇਹ ਸਿਰਫ 22 ਸਾਲ ਦਾ ਤੇ 22 ਸਾਲ ਦਾ ਬੰਦਾ ਤੁਸੀਂ ਦੇਖ ਲਓ ਵੀ ਦੁਨੀਆਂ ਘੁੰਮਣ ਨਿਕਲਿਆ ਪਿਆ ਰਨਾਵੇ ਇੱਕ ਗੱਲ ਆਈ ਹੈ ਕੀ ਕੀ ਖਿਆਲ ਆ ਟੂਰ ਤੋਂ ਕੀ ਕਨਕਲੂਜਨ ਕੱਢਿਆ ਸਹੀ ਸਹੀ ਭਲਾ ਮਲੇਸ਼ੀਆ ਕਿਵੇਂ ਲੱਗਿਆ ਸਹੀ ਦੱਸੀ ਟੋਟਲੀ ਬਾਈ ਜੀ ਮਲੇਸ਼ੀਆ ਬਹੁਤ ਵਧੀਆ ਘੁੰਮਣ ਦਾ ਪਤਾ ਕੀ ਫਾਇਦਾ ਗਾ ਮੈਨੂੰ ਐ ਲੱਗਦਾ ਵੀ ਸਾਰੇ ਪੰਜਾਬ ਦੇ ਯੂਟਿਊਬਰਾਂ ਨੂੰ ਵੀ ਬਾਹਰ ਆਉਣਾ ਚਾਹੀਦਾ ਘੁੰਮਣਾ ਪੰਜਾਬੀਆਂ ਨੂੰ ਵੀ ਸਾਰਿਆਂ ਨੂੰ ਚਾਹੀਦਾ ਪਤਾ ਕਿਉਂ ਜੇ ਬੰਦਾ ਬਾਹਰ ਅੰਦਰ ਆਉਂਦਾ ਗਾ ਸਾਰਾ ਪਤਾ ਲੱਗਦਾ ਵੀ ਇਹਨਾਂ ਦਾ ਸੱਭਿਆਚਾਰ ਕੀ ਆ ਕਿਵੇਂ ਰਹਿੰਦੇ ਆ ਕਿਵੇਂ ਖਾਂਦੇ ਪੀਂਦੇ ਕਿਵੇਂ ਬਿਜ਼ਨਸ ਕਰਦੇ ਆ ਉਹ ਸਾਰਾ ਪਤਾ ਲੱਗਦਾ ਉਹਦੇ ਨਾਲ ਦੁਨੀਆ ਤਰੱਕੀ ਕਰਦੀ ਆ ਬਿਲਕੁਲ ਕਿਉਂਕਿ ਕਿਸੇ ਟਾਈਮ ਬਹੁਤ ਬੰਦਿਆਂ ਨੇ ਕਿਹਾ ਵੀ ਬਾਰਡਰ ਹੀ ਓਪਨ ਹੋਣੇ ਚਾਹੀਦੇ ਘੁੰਮੂ ਹੋਜੂ ਓਪਨ ਮੈਂ ਦੱਸਾਂ ਦੁਨੀਆ ਓਪਨ ਹੀ ਹੋਵੇ ਸਿਸਟਮ ਇਹ ਜ਼ਰੂਰੀ ਆ ਬਾਕੀ ਇਹਨਾਂ ਇਹਦੇ ਨਾਲ ਬਾਈ ਨਾਲ ਵੀ ਗੱਲ ਕਰ ਲੈ ਲੈ ਹੁਣ ਇੰਨੀ ਛੋਟੀ ਉਮਰ ਚ ਤਰਿਆ ਫੱਕਾ ਹਨਾ ਹਾਂ ਮੈਨੂੰ ਮੈਂ ਪਤਾ ਰੋਨਾਲਡੋ ਨਾਲ ਖੇਡਦਾ ਰਿਹਾ ਲਾ ਲੈਣਾ ਮਾਰ ਲੈ ਆਹ ਦੇਖੋ ਇਹਦਾ ਕਰੇਜ਼ ਬਹੁਤ ਆ ਫੁੱਟਬਾਲ ਲੜਾਈ ਤੁਰਿਆਂ ਦੇ ਮੰਤਰ ਸੋ ਵਧੀਆ ਲੱਗਿਆ ਯਾਰ ਆਹ ਮੈਨੂੰ ਸਾਰਿਆਂ ਨਾਲ ਵਧੀਆ ਦੁਨੀਆਂ ਦਾ ਸਭ ਤੋਂ ਪਿਆਰੀ ਚੀਜ਼ ਆ ਹੁੰਦੀ ਆ ਉਹਦੇ ਪਰਿਵਾਰ ਨਾਲ ਉਹਦੇ ਬੱਚਿਆਂ ਨਾਲ ਯਾਰ ਛੋਟੇ ਛੋਟੇ ਬੰਦੇ ਦਿਖਾਈ ਜਾਂਦੇ ਐਡਾ ਥੋੜਾ ਹੀ ਕਿਸੇ ਦੇ ਲਾਈ ਦੇਣਾ ਸੋ ਵਧੀਆ ਕਾਇਮ ਲੱਗਦਾ ਬਾਈ ਜਿਹਨਾਂ ਨੂੰ ਇਹ ਵੀਡੀਓ ਚੰਗੀ ਲੱਗੀ ਹੈ ਇਨਫੋਰਮੇਸ਼ਨ ਵਧੀਆ ਲੱਗਿਆ ਜ਼ਰੂਰ 10-10 ਗਰੁੱਪਾਂ 'ਚ ਸ਼ੇਅਰ ਕਰੋ ਬਾਈ ਸੋ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਦੱਸਦਾ ਮੈਂ ਤਾਂ ਰੰਧਾਵੇ ਨੇ ਮਤਲਬ ਇੰਨਾ ਕੁ ਗੋਰਾ ਨਾਲ ਲਿਹਾਜ ਪਾ ਲੈਣੀ ਆ ਵੀ ਹਰ ਹਫ਼ਤੇ ਮਤਲਬ ਉਹਦਾ ਨਵਾਂ ਗੋਰਾ ਆਪਣੇ ਘਰੇ ਆਇਆ ਕਰੂ ਹੈਨਾ ਕਿਤੇ ਇਹਨੂੰ ਪੱਠੇ ਵੱਢਣ ਲੱਜਾ ਕਰਨਾ ਤੇ ਕਿਤੇ ਕਹਿੰਦਾ ਕਰਨਾ ਅੱਜ ਮੱਝਾਂ ਤੇ ਕਿਤੇ ਕਹਿੰਦਾ ਕਰਾਂ ਕੁਛ ਨਾ ਕੁਛ
ਸਰਕਾਰ ਦੀ ਵੀ ਮੰਗ ਪੂਰੀ ਕਰਦੇ ਸਰਕਾਰ ਦੀ ਮੰਗ ਪੂਰੀ ਕਰਦੇ ਨਾ ਗੋਰਿਆਂ ਨੂੰ ਅਸੀਂ ਕੱਲੇ ਕੱਲੇ ਨੰਬਰ ਦੇ ਕੇ ਇਨਵੀਟੇਸ਼ਨ ਬ੍ਰਦਰ ਯੂ ਸੇਵ ਆਰ ਕੰਟੈਕਟ ਯੂ ਸੇਵ ਆਰ ਕੰਟੈਕਟ ਯੈਸ ਓਕੇ ਬ੍ਰਦਰ ਨਾਈਸ ਟੂ ਮੀਟ ਯੂ अगला वर्ल्ड टूर का दूजा मुल्क मतलब ट्रिप का कल तो जुड़ते हैं।